ਸੋ ਦੋਸਤੋ ਅਮਰਿਤਮਾਨ ਦੇ ਪਿਤਾ ਦੇ ਜਾਲੀ ਸਰਟੀਫਿਕੇਟ ਵਾਲਾ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਆ ਆਪਾਂ ਇਸ ਮੁੱਦੇ ਦੇ ਉੱਤੇ ਇੱਕ ਤੋਂ ਦੋ ਮਿੰਟ ਦਾ ਇਹ ਵੀਡੀਓ ਕਰ ਰਹੇ ਆ ਵੀਡੀਓ ਨੂੰ ਪੂਰਾ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਦੋਸਤੋ ਜੋ ਅਮਰਿਤਮਾਨ ਦੇ ਪਿਤਾ ਦੇ ਜਾਲੀ ਸਰਟੀਫਿਕੇਟ ਦੀ ਗੱਲ ਹੈ ਸੋ ਜੇਕਰ ਉਹਨਾਂ ਨੇ ਕੋਈ ਅਜਿਹੀ ਗਲਤੀ ਕੀਤੀ ਹੈ ਤੇ ਉਹ ਦੋਸ਼ੀ ਸਾਬਤ ਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਉਹਨਾਂ ਤੇ ਕਾਰਵਾਈ ਕਰੇ ਪਰ ਦੋਸਤੋ ਇਸ ਮੁੱਦੇ ਦੇ ਉੱਤੇ ਆਪਾਂ ਇੱਕ ਦੋ ਪੁਆਇੰਟਾਂ ਤੇ ਗੱਲ ਕਰਨੀ ਹੈ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਕੁਝ ਲੋਕ ਇਸ ਮੁੱਦੇ ਨੂੰ ਬਹਾਨਾ ਬਣਾ ਕੇ ਜਾਤੀਵਾਦਕ ਨਫ਼ਰਤ ਦਾ ਵਪਾਰ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਰੋਟੀ ਪਾਣੀ ਇਸੇ ਕੰਮ ਤੇ ਚੱਲਦਾ ਸੋ ਉਹਨਾਂ ਨੂੰ ਮੱਸਾ ਕੋਈ ਮੁੱਦਾ ਮਿਲਿਆ ਸੋ ਉਹ ਲੋਕ ਜਰਨਲ ਭਾਈਚਾਰੇ ਦੇ ਲਈ ਨਫ਼ਰਤ ਫਲਾਉਣ ਦਾ ਕੰਮ ਕਰ ਰਹੇ ਆ ਖਾਸ ਕਰਕੇ ਜੱਟ ਭਾਈਚਾਰੇ ਦੇ ਲਈ ਸੋ ਦੋਸਤੋ ਇਸ ਦੇ ਉੱਤੇ ਦੂਜਾ ਮੇਰਾ ਪੁਆਇੰਟ ਇਹ ਆ ਕਿ ਜੋ ਐਸਸੀ ਵਰਗ ਉਹਨਾਂ ਨੂੰ ਜੋ ਰਿਜ਼ਰਵੇਸ਼ਨ ਕੋਟਾ ਮਿਲਦਾ ਉਹ ਇਸ ਲਈ ਮਿਲਦਾ ਕਿ ਜੋ ਉਹਨਾਂ ਨੇ ਸਦੀਆਂ ਤੋਂ ਲੈ ਕੇ ਤਸੱਦਦ ਚ ਲਿਆ ਉਹਨਾਂ ਨੂੰ ਸਦੀਆਂ ਤੋਂ ਦੱਬਿਆ ਕੁਚਲਿਆ ਗਿਆ ਉੱਠਣ ਨਹੀਂ ਦਿੱਤਾ ਗਿਆ ਸੋ ਉਹਨਾਂ ਨੂੰ ਉੱਪਰ ਚੱਕਣ ਦੇ ਲਈ ਇਹ ਰਿਜ਼ਰਵੇਸ਼ਨ ਕੋਟਾ ਬਣਾਇਆ ਗਿਆ ਸੀ ਤੇ ਇਹ ਜਾਇਜ਼ ਵੀ ਸੀ ਕਿਉਂਕਿ ਉਹਨਾਂ ਦੇ ਨਾਲ ਇਤਿਹਾਸ ਦੇ ਵਿੱਚ ਬਹੁਤ ਵੱਡੇ ਤੱਕੇ ਹੋਇਆ ਜ਼ੁਲਮ ਹੋਇਆ ਪਰ ਦੋਸਤੋ ਨਾਲ ਹੀ ਸਰਕਾਰ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜੋ ਐਸਸੀ ਪਰਿਵਾਰ ਉਸ ਰਿਜ਼ਰਵੇਸ਼ਨ ਕੋਟੇ ਦਾ ਫਾਇਦਾ ਲੈ ਚੁੱਕਿਆ ਜਿਨ੍ਹਾਂ ਦੇ ਪੂਰੇ-ਪੂਰੇ ਪਰਿਵਾਰ ਦੇ ਮੈਂਬਰ ਐਸਸੀ ਰਿਜ਼ਰਵੇਸ਼ਨ ਕੋਟੇ ਦਾ ਫਾਇਦਾ ਲੈ ਚੁੱਕਿਆ ਨੌਕਰੀਆਂ ਤੇ ਪਹੁੰਚ ਚੁੱਕਿਆ ਸੋ ਉਹ ਹਲੇ ਤੱਕ ਵੀ ਇਸ ਰਿਜ਼ਰਵੇਸ਼ਨ ਕੋਟੇ ਦਾ ਫਾਇਦਾ ਲੈ ਰਹੇ ਆ ਐਸਸੀ ਹੋਣ ਦੇ ਨਾਤੇ ਸੋ ਇਸ ਬਾਰੇ ਵੀ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸੋ ਇਸ ਤੋਂ ਬਾਅਦ ਕਿ ਜਰਨਲ ਵਰਗ ਦੇ ਵਿੱਚ ਵੀ ਬੜੇ ਐਸੇ ਪਰਿਵਾਰ ਆ ਜਿਨ੍ਹਾਂ ਦੀ ਹਾਲਤ ਐਸਸੀ ਭਾਈਚਾਰੇ ਤੋਂ ਵੀ ਕਿਤੇ ਜ਼ਿਆਦਾ ਮਾੜੀ ਆ ਪਰ ਦੋਸਤੋ ਉਹਨਾਂ ਨੂੰ ਕੋਈ ਵੀ ਰਿਜ਼ਰਵੇਸ਼ਨ ਕੋਟਾ ਨਹੀਂ ਮਿਲਦਾ ਬਲਕਿ ਅਜਿਹੇ ਪਰਿਵਾਰਾਂ ਦੇ ਉੱਤੇ ਰਿਜ਼ਰਵੇਸ਼ਨ ਕੋਟੇ ਦੀ ਮਾਰ ਪੈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਜਰਨਲ ਹੋਣ ਦੀ ਸਜ਼ਾ ਪੁਕਤ ਨਹੀਂ ਪੈ ਜਾਂਦੀ ਹੈ ਸੋ ਇਸ ਕਰਕੇ ਵਿਚਾਰੇ ਉਹ ਗਰੀਬੀ ਦੀ ਦਲਦਲ ਦੇ ਵਿੱਚ ਪੂਰੀ ਉਮਰ ਪਿਸਦੇ ਰਹਿੰਦੇ ਆ ਸੋ ਸਰਕਾਰ ਨੂੰ ਇਹਦੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ ਅਜਿਹੇ ਪਰਿਵਾਰਾਂ ਲਈ ਵੀ ਕੋਈ ਕੋਟੇ ਜ਼ਰੂਰ ਬਣਾਉਣੇ ਚਾਹੀਦੇ ਆ ਸੋ ਦੋਸਤੋ ਲਾਸਟ ਦੇ ਉੱਤੇ ਹੋ ਸਕਦਾ ਕਿ ਅਮਰਿਤ ਮਾਨ ਦੇ ਪਿਤਾ ਦੀ ਵੀ ਉਦੋਂ ਅਜਿਹੀ ਹੀ ਕੋਈ ਮਜਬੂਰੀ ਰਹੀ ਹੋਵੇ ਕਿ ਸਾਰੇ ਕਾਬਲੀਅਤ ਹੋਣ ਦੇ ਬਾਵਜੂਦ ਘਰ ਦੇ ਵਿੱਚ ਗਰੀਬੀ ਹੋਵੇ ਤੇ ਪੜ੍ਹਾਈ ਕਰਨ ਦੇ ਬਾਵਜੂਦ ਉਹਨਾਂ ਨੂੰ ਕੋਈ ਨੌਕਰੀ ਨਾ ਮਿਲ ਰਹੀ ਹੋਵੇ ਤੇ ਉਹਨਾਂ ਨੇ ਥੱਕ ਹਾਰ ਕੇ ਅਜਿਹਾ ਕੋਈ ਫੈਸਲਾ ਲਿਆ ਹੋਵੇ ਸੋ ਦੋਸਤੋ ਬਾਕੀ ਜੋ ਤੁਹਾਡੀ رائے ਇਸ ਵੀਡੀਓ ਦੇ ਬਾਰੇ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ